आज आपको अमृतसर में ऐसे सरदार जी से मिलाने वाले हैं जिनका कहना है कि इनका आयुर्वेदिक जूस पीने से बड़ा रोग एक झटके में कट जाता है। करेला, करेले के बाद पालक आ गई जी, ठीक है जी। देखो जी अजकल निम आ गई, हम फ्रैश वधिया, पहला निम्मा सारिया सड़ गई सी, निम आ गई है, मरिंगा आ गया, लो जी लो। कड़ी पत्ता आ गया, हुण मौसम बदल गया, सारे पत्ते जिहड़े आ उह हुण आसानी नाल मिल जांदे, दे बना के उधर अपने औले आ गए। देसी टमाटर आ गया, ਅੱਗੇ ਵੇਖੋ ਛਾਲ ਮਾਰ ਕੇ ਬਾਹਰ ਆ ਜਾਂਦੀ ਹੈ। ਇਹ ਆ ਗਿਆ ਜੀ ਖੀਰਾ, ਅਰਜਨ ਛਾਲ ਆ ਗਈ, ਇਹ ਚਰੈਤਾ ਹੁੰਦਾ ਜਿਹੜੀ ਕਈਆਂ ਲੋਕਾਂ ਨੂੰ ਜਰੈਤੇ ਬਾਰੇ ਸਮਝ ਨਹੀਂ ਆਉਂਦੀ, ਇਸ ਤਰ੍ਹਾਂ ਦੀ ਜੜੀ ਬੂਟੀਆਂ ਹੁੰਦੀਆਂ ਨੇ, ਠੀਕ ਹੈ ਜੀ। ਇਹ ਖਾਲੀ ਹੋ ਗਈ ਹੈ, ਇਹ ਚਰਾਤਾ ਪੈ ਗਿਆ, ਇਹ ਨਿੰਮ ਦੀਆਂ ਗਿਟਕਾਂ, ਜਾਮਣ ਦੀਆਂ ਗਿਟਕਾਂ, ਹਰੜ ਦੀਆਂ ਗਿਟਕਾਂ, ਭੇੜੇ ਦੀਆਂ ਗਿਟਕਾਂ, ਗੋਰਖ ਮੁੰਡੀ, ਇਸ ਤਰ੍ਹਾਂ ਕਰਕੇ ਜਿਹੜਾ ਪਾਊਡਰ ਤਿਆਰ ਕੀਤਾ ਜਾਂਦਾ ਇਹ ਪਾਇਆ ਜਾਂਦਾ। ਹੁਣ ਯਾਰ ਆਪਣੇ ਆਪ ਤਿਆਰ ਹੋ ਗਿਆ, ਕਿਉਂਕਿ ਨਿੰਮ ਵੀ ਪੈ ਗਈ, ਕਰੇਲੇ ਵੀ ਪੈ ਗਏ ਹੈ, ਠੀਕ ਹੈ ਜੀ। ਲਓ ਜੀ ਲਓ ਜੀ, ਇਹ ਸਾਡਾ ਯਾਰ ਵਾਲਾ ਜੂਸ ਤਿਆਰ ਹੈ ਜੀ। ਜੂਸ ਜਿਹੜਾ ਵਾ ਇਹਦੇ ਫਾਇਦੇ ਇਸ ਟਾਈਮ ਜਿਹੜੇ ਆ, ਟੋਕਸਨ ਬਾਹਰ ਆ ਜਾਂਦੇ ਆ, ਅਤੇ ਟੋਕਸਨ ਹੀ ਬਿਮਾਰੀ ਹੈ। ਜਿਹਦੇ ਔਰਗਨ ਦੇ ਅੰਦਰ ਟੋਕਸਨ ਜੰਮ ਗਿਆ, ਮੰਨ ਲਓ ਪੈਨਕਰਿਆ ਦੇ ਅੰਦਰ ਟੋਕਸਨ ਜੰਮ ਗਿਆ, ਸ਼ੂਗਰ ਹੋ ਗਈ, ਟੋਕਸਨ ਬਾਹਰ ਖੜ੍ਹਾ ਤਾਂ ਸ਼ੂਗਰ ਹਟ ਗਈ, ਹਟਾਇਆ ਅਸੀਂ ਟੋਕਸਨ ਹੈ ਅਤੇ ਸ਼ੂਗਰ ਹਟ ਗਈ। ਹੁਣ ਲੀਵਰ ਹੈ, ਲੀਵਰ ਦੇ ਅੰਦਰ ਗੰਦਗੀ ਬਣ ਗਈ, ਲੀਵਰ ਦੇ ਅੰਦਰ ਗਰਮੀ ਬਣ ਗਈ, ਉਹਦੇ ਨਾਲ ਗਰਮੀ ਹਟ ਜਾਣੀ ਹੈ ਅਤੇ ਲੀਵਰ ਤੰਦਰੁਸਤ ਹੋ ਜਾਣਾ। ਮੇਨ ਇੱਕੋ ਹੀ ਫੰਡਾ, ਟੋਕਸਨ ਬਾਹਰ ਕੱਢੋ। ਟੋਕਸਨ ਬਾਹਰ ਕੱਢਣ ਵਾਸਤੇ ਸੁਬਹਾ ਸੁਬਹਾ ਮੇਰੇ ਕੋਲ 10 ਵਜੇ ਲੋਕ ਆ ਕੇ ਜੂਸਿਸ ਪੀਂਦੇ ਹੈ ਅਤੇ ਆਪਣੇ ਟੋਕਸਨ ਬਾਹਰ ਕੱਢਦੇ ਆ। ਅਤੇ ਹਾਂ, ਲੋਕੇਸ਼ਨ ਸਾਡੀ ਜਿਹੜੀ ਹੈ ਕੰਪਨੀ ਬਾਗ ਅੰਮ੍ਰਿਤਸਰ ਦੇ ਵਿੱਚ, ਠੰਡੀ ਖੂਹੀ ਵਾਲੇ ਗੇਟ ਤੋਂ ਅੰਦਰ ਆਓ, ਵੇਰਕਾ ਬੂਥ ਦੇ ਕੋਲ ਸਟਾਲ ਨੰਬਰ 2, ਉੱਥੇ ਮੈਂ ਸਵੇਰੇ 5 ਤੋਂ 10 ਵਜੇ ਤੱਕ ਹੁੰਦਾ ਜੀ।